ਐਨਆਈਏ ਦੇ ਵੱਲੋਂ ਇੱਕ ਘਰ 'ਚ ਰੇਡ ਕੀਤੀ ਗਈ ਹੈ। ਸ਼ੱਕ ਦੇ ਆਧਾਰ 'ਤੇ ਇਹ ਜੋ ਰੇਡ ਹੈ ਐਨਆਈਏ ਦੇ ਵੱਲੋਂ ਕੀਤੀ ਗਈ ਹੈ। ਸਵੇਰੇ 5 ਵਜੇ ਐਨਆਈਏ ਦੀ ਟੀਮ ਪਹੁੰਚਦੀ ਹੈ ਅਤੇ ਅਚਨਚੇਤ ਹੀ ਘਰ ਦਾ ਚੱਪਾ ਚੱਪਾ ਛਾਨਿਆ ਜਾਂਦਾ ਹੈ। ਖਬਰ ਰਾਮਪੁਰਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪਿੰਡ ਦੇ ਹੀ ਇੱਕ ਘਰ ਵਿਖੇ ਐਨਆਈਏ ਦੀ ਟੀਮ ਪੁੱਜਦੀ ਹੈ ਅਤੇ ਉਹਨਾਂ ਦੇ ਵੱਲੋਂ ਘਰ ਦੇ ਚੱਪੇ ਚੱਪੇ ਦੀ ਛਾਣਬੀਣ ਕੀਤੀ ਜਾਂਦੀ ਹੈ। ਹਾਲਾਂਕਿ ਕਿਸ ਆਧਾਰ 'ਤੇ ਇਹ ਰੇਡ ਕੀਤੀ ਗਈ ਇਸਦਾ ਹਜੇ ਕੋਈ ਸਪਸ਼ਟੀਕਰਨ ਨਹੀਂ ਆਇਆ, ਪਰ ਫਿਲਹਾਲ ਇਲਾਕੇ ਦੇ ਲੋਕ ਹੈਰਾਨ ਨੇ ਕਿ ਆਖਰ ਐਨਆਈਏ ਇੱਥੇ ਕਿਉਂ ਪਹੁੰਚੀ ਹੈ ਅਤੇ ਕਿਸ ਕਾਰਨ ਦੇ ਕਰਕੇ ਉਹਨਾਂ ਦੇ ਵੱਲੋਂ ਜੋ ਰੇਡ ਹੈ ਉਹ ਕੀਤੀ ਗਈ ਹੈ। ਇਲਾਕੇ ਦੇ ਵਿੱਚ ਜੋ ਹੈ ਹਰ ਜਗ੍ਹਾ ਪੁਲਿਸ ਤੈਨਾਤ ਕੀਤੀ ਗਈ ਹੈ ਅਤੇ ਉਸ ਘਰ ਵਿਖੇ ਲੋਕਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਮ 'ਤੇ ਕੋਈ ਮੋਬਾਈਲ ਨੰਬਰ ਬੋਲਦਾ ਜਿਸ ਦਾ ਉਹਨਾਂ ਨੂੰ ਨਹੀਂ ਪਤਾ ਅਤੇ ਉਹਨਾਂ ਦਾ ਐਡਰੈਸ ਅਤੇ ਨਾਮ ਉਸ 'ਤੇ ਆਉਂਦਾ, ਜਿਸ ਨੂੰ ਲੈ ਕੇ ਸ਼ਾਇਦ ਐਨਆਈਏ ਉਹਨਾਂ ਨੂੰ ਤਲਬ ਕਰ ਰਹੀ ਹੈ। ਪਰ ਫਿਲਹਾਲ ਐਨਆਈਏ ਦੇ ਵੱਲੋਂ ਇਸ ਸੰਬੰਧੀ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ, ਨਾ ਹੀ ਪੁਲਿਸ ਦੇ ਵੱਲੋਂ ਕੋਈ ਸਪਸ਼ਟੀਕਰਨ ਸਾਹਮਣੇ ਆਇਆ ਕਿ ਕਿਸ ਆਧਾਰ 'ਤੇ ਜੋ ਹੈ ਰੇਡ ਉਹ ਕੀਤੀ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਵੇਰੇ ਲਗਭਗ 5 ਵਜੇ ਐਨਆਈਏ ਦੀ ਟੀਮ ਸਾਡੇ ਘਰ ਵਿਖੇ ਦਾਖਲ ਹੁੰਦੀ ਹੈ ਅਤੇ ਉਹਨਾਂ ਦੇ ਵੱਲੋਂ ਘਰ ਦੀ ਹਰ ਇੱਕ ਚੀਜ਼ ਦੇ ਬਾਰੇ ਪੁੱਛਿਆ ਜਾਂਦਾ ਹੈ, ਇਕੱਲੀ ਇਕੱਲੀ ਚੀਜ਼ ਦੀ ਚੈਕਿੰਗ ਕੀਤੀ ਜਾਂਦੀ ਹੈ। ਔਰ ਪਰਿਵਾਰ ਦੇ ਜੋ ਮੈਂਬਰ ਨੇ ਹਾਲਾਂਕਿ ਦੱਸਿਆ ਕਿ ਉਹ ਡਰਾਈਵਰੀ ਕਰਦੇ ਨੇ ਅਤੇ ਨਾ ਹੀ ਉਹਨਾਂ ਦਾ ਕਿਸੇ ਸੰਸਥਾ ਨਾਲ ਕੋਈ ਲੈਣਾ ਦੇਣਾ, ਪਰ ਫਿਰ ਵੀ ਐਨਆਈਏ ਦੀ ਟੀਮ ਨੇ ਜੋ ਆਪਣੀ ਜੋ ਰੇਡ ਉਹ ਜਾਰੀ ਰੱਖੀ ਅਤੇ ਪਰਿਵਾਰ ਨੂੰ 30 ਤਰੀਕ ਨੂੰ ਚੰਡੀਗੜ੍ਹ ਵਿਖੇ ਵੀ ਬੁਲਾਇਆ ਹੈ। ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਕਿ ਕਿਹਨਾਂ ਕਾਰਨਾਂ ਕਰਕੇ ਇਹ ਜੋ ਰੇਡ ਹੈ ਸਾਡੇ ਘਰ ਵਿਖੇ ਕੀਤੀ ਗਈ ਹੈ, ਅਤੇ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਨਾ ਹੀ ਸਾਨੂੰ ਪਤਾ ਸੀ ਕਿ ਕਿਹਨਾਂ ਕਾਰਨਾਂ ਕਰਕੇ ਟੀਮ ਆਈ ਹੈ। ਪਰ ਉੱਥੇ ਹੀ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਮ 'ਤੇ ਇੱਕ ਮੋਬਾਈਲ ਨੰਬਰ ਬੋਲਦਾ ਜਿਸ ਦੇ ਬਾਰੇ ਨਾ ਹੀ ਉਹਨਾਂ ਨੂੰ ਪਤਾ ਹੈ ਅਤੇ ਉਹ ਕਿੱਥੇ ਉਹਦਾ ਐਡਰੈਸ ਉਹਨਾਂ ਦੇ ਨਾਮ ਨਾਲ ਜੁੜਿਆ, ਇਸ ਬਾਰੇ ਵੀ ਉਸ ਵਿਅਕਤੀ ਨੂੰ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਐਨਆਈਏ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਫੋਨ ਜੋ ਨੇ ਉਹ ਨਾਲ ਲੈ ਕੇ ਗਏ ਨੇ ਅਤੇ ਘਰ ਵਿਖੇ ਲੋਕਾਂ ਦੀ ਆਵਾਜਾਈ 'ਤੇ ਹਜੇ ਪੁਲਿਸ ਦੇ ਵੱਲੋਂ ਜੋ ਪੂਰਨ ਤੌਰ 'ਤੇ ਰੋਕ ਲਗਾ ਦਿੱਤੀ ਗਈ ਹੈ। ਖਬਰ ਰਾਮਪੁਰਾ ਤੋਂ ਸਾਹਮਣੇ ਆਈ ਹੈ ਜਿੱਥੇ ਸਵੇਰੇ ਲਗਭਗ ਅਚਨਚੇਤ ਹੀ 5 ਵਜੇ ਜੋ ਐਨਆਈਏ ਦੀ ਟੀਮ ਘਰ ਵਿਖੇ ਪਹੁੰਚਦੀ ਹੈ ਅਤੇ ਉਹਨਾਂ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ। ਕੀ ਨਾਂ ਜੀ ਤੁਹਾਡਾ? ਗੁਰਮੇਲ ਸਿੰਘ ਜੀ। ਬੇਟੇ ਦਾ ਨਾਮ ਜੀ? ਗੁਰਨਿੰਦਰ ਸਿੰਘ ਜੀ। ਗੁਰਨਿੰਦਰ ਸਿੰਘ, ਹਾਂਜੀ। ਤੁਹਾਡੇ ਘਰ ਅੱਜ ਐਨਆਈਏ ਦੀ ਰੇਡ ਪਈ ਹੈ ਜੀ, ਕੀ ਕਾਰਨ ਆ, ਕੀ ਵਜ੍ਹਾ? ਕਾਰਨ ਇਹ ਜੀ, ਕੋਈ ਨੰਬਰ ਚੱਲ ਰਿਹਾ ਕਿਸੇ ਕੋਲ ਅਤੇ ਉਹ ਮੇਰੇ ਪਰੂਫ ਆਉਂਦੇ ਆ ਜੀ, ਉੱਥੇ ਬੋਲਦੇ ਨੇ ਅਤੇ ਪਰ ਮੈਂ ਉਹ ਨੰਬਰ ਨਹੀਂ ਲਿਆ, ਉਹ ਵਾਰੇ ਵਾਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹਨੇ ਉਹ ਕੀਤਾ ਮੇਰੀ ਅੜੀ 'ਤੇ ਚੱਲ ਰਿਹਾ ਕੋਈ। ਵੀ ਤੁਹਾਡੇ ਨੰਬਰ ਨੂੰ ਲੈ ਕੇ ਤੁਹਾਡੇ ਘਰ ਰੇਡ ਪਈ ਹੈ? ਹਾਂਜੀ ਹਾਂਜੀ, ਨੰਬਰ ਨੂੰ ਲੈ ਕੇ। ਨੰਬਰ ਤੁਹਾਡੇ ਕੋਲ ਚੱਲ ਨਹੀਂ ਰਿਹਾ ਉਹ? ਨਾ ਜੀ ਨਾ ਜੀ, ਸਾਡੇ ਕੋਲ ਨਾ ਹੀ ਮੈਂ ਲਿਆ ਉਹ ਨੰਬਰ ਜੀ, ਇਹ 2023 'ਚ ਕਹਿੰਦੇ ਨੇ ਲਿਆ, ਮੈਂ ਤਾਂ ਜਦੋਂ 14-15 ਸਾਲ ਪਹਿਲਾਂ ਨੰਬਰ ਲਏ ਹੋਏ ਨੇ ਜਿਹੜੇ ਵੀ ਮੇਰੇ ਨੰਬਰ। ਹਾਂਜੀ, ਅਤੇ ਉਹ ਤੋਂ ਨੰਬਰ ਹੀ ਲਏ ਕੋਈ। ਤੁਸੀਂ ਕਿੱਥੋਂ ਦੇ ਵਾਸੀ ਹੋ? ਰਹਿਣ ਵਾਲੇ? ਰਹਿਣ ਵਾਲੇ ਜੀ, ਆਪਣਾ ਪਿੰਡ ਰਾਮਪੁਰ ਹੈ ਜੀ ਜੀ, ਮੌੜ ਰੋਡ ਪੱਤੋ ਵਾਲੀ ਗਲੀ ਜੀ। ਹਾਂਜੀ, ਅਤੇ ਕੀ ਉਹਨਾਂ ਨੇ ਐਨਆਈਏ ਵਾਲਿਆਂ ਨੇ ਤੁਹਾਡੇ ਘਰ ਦੀ ਤਲਾਸੀ ਲਈ? ਹਾਂਜੀ, ਸਾਰੀ ਤਲਾਸੀ A to Z, ਬੈਗਾਂ ਦੀ ਵੀ, ਅਲਮਾਰੀਆਂ ਦੀ, ਕੱਪ ਬੋਰਡ ਉੱਪਰ, ਮਮੜੀ ਛੱਤ ਸਾਰੀ ਜੀ। ਕੁਛ ਲੈ ਕੇ ਗਈ? ਲੈ ਕੇ ਗਏ ਨੇ ਨਾਲ? ਨਹੀਂ ਨਹੀਂ, ਲੈ ਕੇ ਕੁਛ ਨਹੀਂ, ਕੁਛ ਨਹੀਂ ਸੀਗਾ। ਸਾਡੇ ਕੋਈ ਫੋਨ ਵਗੈਰਾ ਤੁਹਾਡੇ ਨਾਲ? ਫੋਨ ਲੈ ਕੇ ਗਿਆ ਜੀ ਦੋਨਾਂ ਦੀ। ਅੱਛਾ, ਤੁਹਾਡੇ ਦੋਨਾਂ ਦੇ ਫੋਨ ਲੈ ਕੇ ਗਏ ਜੀ? ਹਾਂਜੀ ਹਾਂਜੀ। ਇਹ ਕਿੱਥੋਂ ਆਏ ਸੀ, ਤੁਹਾਨੂੰ ਕੋਈ ਐਪਲੀਕੇਸ਼ਨ ਵਗੈਰਾ ਦਿੱਤੀ ਹੈ? ਸਾਨੂੰ ਤਾਂ ਬੋਲਦੇ ਵੀ ਦਿੱਲੀ ਤੋਂ ਟੀਮ ਆਈ ਹੈ ਜੀ। ਜੀ ਹਾਂਜੀ ਹਾਂਜੀ, ਅਤੇ ਤੁਹਾਨੂੰ ਕੋਈ ਬੁਲਾਇਆ ਦੁਬਾਰਾ? ਉਹਨਾਂ ਨੇ ਕਿੱਥੇ ਬੁਲਾਇਆ ਜੀ? ਬੁਲਾਇਆ ਜੀ ਸਾਨੂੰ 30 ਤਰੀਕ ਨੂੰ ਚੰਡੀਗੜ੍ਹ ਬੁਲਾਇਆ ਜੀ ਉੱਥੇ। ਚੰਡੀਗੜ੍ਹ ਬੁਲਾਇਆ ਤੁਹਾਨੂੰ? ਹਾਂਜੀ, 30 ਤਰੀਕ ਨੂੰ। 30 ਤਰੀਕ ਅਤੇ ਹੋਰ ਕੋਈ ਤੁਹਾਡਾ ਕਿਸੇ, ਤੁਸੀਂ ਕੰਮ ਕੀ ਕਰ ਰਹੇ ਹੋ? ਮੈਂ ਤਾਂ ਜੀ ਟ੍ਰਾਂਸਪੋਰਟ ਮਹਿਕਮੇ 'ਚ ਕੰਮ ਕਰ ਰਿਹਾ। ਇਸ ਵੇਲੇ ਤਾਂ ਪਾਵਾਂ ਡਿਲੀਵਰੀ ਔਰਬਿਟ ਬੱਸ ਸਰਵਿਸ। ਅਤੇ ਬੇਟਾ ਜੀ? ਬੇਟਾ ਡਰਾਈਵਿੰਗ ਕਰ ਰਿਹਾ ਜੀ। ਡਰਾਈਵਿੰਗ ਟਿੱਪਰ 'ਤੇ? ਹਾਂਜੀ ਹਾਂਜੀ ਜੀ। ਤੁਹਾਡਾ ਕਿਸੇ ਕੋਈ ਸੰਸਥਾ ਨਾ ਕਿਸੇ ਜਥੇਬੰਦੀ ਨਾਲ ਕੋਈ ਸੰਬੰਧ? ਨਾ ਜੀ, ਆਪਣਾ ਕਿਸੇ ਨਾਲ ਨਹੀਂ, ਪਹਿਲੇ ਦਿਨ ਤੋਂ ਅਸੀਂ ਅਕਾਲੀ ਦਲ ਨਾਲ ਜੁੜੇ ਹੋਏ ਹਾਂ।
ਉਹ ਜੀ ਵੋਟ ਵੂਟ ਪਾਈ ਦੀ ਆ ਬਸ, ਜਿੱਥੇ ਕਿਤੇ ਮਾੜਾ ਮੋਟਾ ਜਾਈਦਾ, ਹੋਰ ਸਾਡਾ ਕੋਈ ਸੰਬੰਧ ਨਹੀਂ ਕਿਸੇ ਨਾਲ ਜੀ। ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ, ਜੇ ਕੋਈ ਗੱਲਬਾਤ ਨਹੀਂ ਨਿਕਲਦੀ, ਇਹ ਵਾਧੂ ਦੀ ਕਿੰਨੀ ਸਾਡੀ ਇੱਥੇ ਬਦਨਾਮੀ ਵੀ ਹੋਈ ਇਸ ਗੱਲ ਦੇ ਵਿੱਚ, ਇਨਸਾਫ ਸਹੀ ਮਿਲਣਾ ਚਾਹੀਦਾ ਸਾਨੂੰ ਜੀ। ਹਾਂਜੀ ਜੀ, ਅਤੇ ਜੇ ਕਿ ਅੱਜ ਤੱਕ ਮੇਰਾ ਕਿਸੇ ਥਾਣੇ 'ਚ ਨੌਂ ਵੀ ਹੈ ਨਹੀਂ। ਹਾਂਜੀ ਜੀ।